ਸੱਤਰ ਪੱਠੂ ਇੱਧਰਲੀ ਸਾਈਡ ਥੇੜੀ ਵਾਲੀ ਸਾਈਡ ਜਾ ਰਿਹਾ ਹੈ ਨਾ। ਹੁਣ ਇੱਧਰੋਂ ਰਸਤੇ ਬੰਦ ਨੇ, ਜੇ ਜਾਇਆ ਜਾਂਦਾ ਤਾਂ ਆਪਾਂ ਜਾ ਕੇ ਜ਼ਰੂਰ ਦੱਸਦੇ ਵੀ ਇੱਧਰੋਂ ਕਿੱਥੋਂ ਤੱਕ ਪਾਣੀ ਆ ਗਿਆ। ਅਸਲ 'ਚ ਆ ਬੰਨ ਲੱਗੇ ਕਰਕੇ ਰਸਤੇ ਬੰਦ ਨੇ, ਵੀ ਟੱਪਿਆ ਨਹੀਂ ਜਾਂਦਾ, ਠੀਕ ਹੈ, ਨਹੀਂ ਤਾਂ ਆਪਾਂ ਇਸੇ ਰਸਤੇ ਹੀ ਜਾਣਾ ਸੀ। ਅੱਜ ਆਏ ਇਸੇ ਕਾਰਨ ਤੁਸੀਂ ਵੀ ਇਸ ਰਸਤੇ ਜਾਵਾਂਗੇ। ਪਾਣੀ ਆ ਖੜਾ ਹੋਇਆ ਸਾਰਾ, ਅਤੇ ਇੱਥੇ ਖੜਾ ਹੋਇਆ ਪਾਣੀਆਂ ਵਾਲਾ, ਨਾ ਇੱਥੋਂ ਨਿਕਲ ਰਿਹਾ ਮੰਨ ਲਓ ਹਜੇ ਤੱਕ ਉੱਥੇ ਖੜਾ। ਆਹ ਜੇ ਸੀ ਪੀ ਖੜੀ ਹੈ ਮੌਕੇ 'ਤੇ, ਅਤੇ ਬੰਨ ਬਹੁਤ ਮਜ਼ਬੂਤ ਲਾਇਆ ਸੀ ਇਹਨਾਂ ਨੇ ਵੀ ਫਤਿਹਾਬਾਦ 'ਚ ਪਾਣੀ ਐਂਟਰ ਨਹੀਂ ਹੋਣ ਦੇਣਾ, ਕਿਉਂਕਿ ਫਤਿਹਾਬਾਦ ਦੇ ਮੰਨ ਲਓ ਵੀ ਇੱਧਰ ਫਤਿਹਾਬਾਦ ਆ ਜਾਂਦਾ ਇਸ ਸਾਈਡ, ਇਸ ਸਾਈਡ ਆ ਹਿਸਾਰ ਰੋਡ ਆ ਜਾਂਦੀ ਆ, ਉੱਥੇ ਪਾਣੀ ਹਜੇ ਵੀ ਖੜਾ ਹੋਇਆ। ਦੇਖੋ ਬੰਨ ਕਿੱਡਾ ਵੱਡਾ ਮਾਰਿਆ ਹੋਇਆ, ਪਾਣੀ ਮੰਨ ਕੇ ਚਲੋ ਇੱਥੇ ਲੱਗ ਗਿਆ ਸੀ ਨਾਲ ਆ ਕੇ, ਪਰ ਹੁਣ ਇੰਨਾ ਇੰਨਾ ਪਾਣੀ ਲੈ ਗਿਆ, ਹਜੇ ਵੀ ਲੋਕਾਂ ਦੇ ਘਰ ਡੁੱਬੇ ਪਏ ਨੇ। ਜੇ ਤੁਹਾਨੂੰ ਆ ਸਾਹਮਣੇ ਕੋਠੀ ਦਿਖਦੀ ਹੋਵੇ ਤਾਂ ਪਾਣੀ ਦੇ ਵਿੱਚ ਆ, ਜਿੰਨੀ ਦੂਰ ਨਿਗਾਹ ਜਾਂਦੀ ਆ ਪਾਣੀ ਹੀ ਪਾਣੀ ਹੈ। ਇਹ ਪਾਣੀ ਸਾਰਾ ਹਿਜਰਾਵਾਂ ਅਤੇ ਸੱਤਰ ਪੱਠੂ ਇੱਧਰਲੀ ਸਾਈਡ ਥੇੜੀ ਵਾਲੀ ਸਾਈਡ ਜਾ ਰਿਹਾ ਹੈ ਨਾ। ਹੁਣ ਇੱਧਰੋਂ ਰਸਤੇ ਬੰਦ ਨੇ, ਜੇ ਜਾਇਆ ਜਾਂਦਾ ਤਾਂ ਆਪਾਂ ਜਾ ਕੇ ਜ਼ਰੂਰ ਦੱਸਦੇ ਵੀ ਇੱਧਰੋਂ ਕਿੱਥੋਂ ਤੱਕ ਪਾਣੀ ਆ ਗਿਆ। ਅਸਲ 'ਚ ਆ ਬੰਨ ਲੱਗੇ ਕਰਕੇ ਰਸਤੇ ਬੰਦ ਨੇ, ਵੀ ਟੱਪਿਆ ਨਹੀਂ ਜਾਂਦਾ, ਠੀਕ ਹੈ, ਨਹੀਂ ਤਾਂ ਆਪਾਂ ਇਸੇ ਰਸਤੇ ਹੀ ਜਾਣਾ ਸੀ। ਅੱਜ ਆਏ ਇਸੇ ਕਾਰਨ ਤੁਸੀਂ ਵੀ ਇਸ ਰਸਤੇ ਜਾਵਾਂਗੇ। ਪਾਣੀ ਆ ਖੜਾ ਹੋਇਆ ਸਾਰਾ, ਅਤੇ ਇੱਥੇ ਖੜਾ ਹੋਇਆ ਪਾਣੀਆਂ ਵਾਲਾ, ਨਾ ਇੱਥੋਂ ਨਿਕਲ ਰਿਹਾ ਮੰਨ ਲਓ ਹਜੇ ਤੱਕ ਉੱਥੇ ਖੜਾ। ਆਹ ਜੇ ਸੀ ਪੀ ਖੜੀ ਹੈ ਮੌਕੇ 'ਤੇ, ਅਤੇ ਬੰਨ ਬਹੁਤ ਮਜ਼ਬੂਤ ਲਾਇਆ ਸੀ ਇਹਨਾਂ ਨੇ ਵੀ ਫਤਿਹਾਬਾਦ 'ਚ ਪਾਣੀ ਐਂਟਰ ਨਹੀਂ ਹੋਣ ਦੇਣਾ, ਕਿਉਂਕਿ ਫਤਿਹਾਬਾਦ ਨੀਵਾਂ। ਇਸ ਸਾਈਡ ਜਾਣਾ ਸੀ ਕਰਨੌਲੀ ਬੱਗੂ ਵਾਲੀ ਸਾਈਡ, ਇਹ ਸਾਰਾ ਪਾਣੀ, ਠੀਕ ਹੈ, ਅਤੇ ਦੇਖ ਸਕਦੇ ਤੁਸੀਂ ਪਾਣੀ ਜਿੱਥੋਂ ਤੱਕ ਨਿਗਾਹ ਜਾਂਦੀ ਆ ਸਾਰਾ ਪਾਣੀ ਹੀ ਪਾਣੀ ਆ। ਜੇ ਤੁਹਾਨੂੰ ਕੈਮਰੇ 'ਚ ਵਿਖਾਈਏ ਪਾਣੀ ਹੀ ਪਾਣੀ ਆ, ਸਾਰਾ ਕੁਛ ਸੁੱਕੀ ਜਾਂਦਾ ਵਿੱਚ। ਆਹ ਦੇਖੋ ਸਾਰੇ ਆ ਛੋਟੇ ਮੋਟੇ ਦਰਖਤ ਤਾਂ ਵਿੱਚ ਸੁੱਕ ਹੀ ਚੱਲੇ ਨੇ, ਅਤੇ ਵੱਡੇ ਵੱਡੇ ਰਹਿ ਗਏ ਬਸ। ਜਿਸ ਤੱਕ ਦੇਖੋਗੇ ਪਾਣੀ ਪਾਣੀ ਖੜਾ, ਸਾਰਾ ਤਬਾਹੀ ਹੋ ਗਈ ਸਾਰੀ ਲਾਕਡਾਊਨ ਦੇ ਕਾਰਨ। ਤਾਂ ਕੁਛ ਆਪਾਂ ਫਤਿਹਾਬਾਦ ਦੀਆਂ ਮੰਡੀ ਦੀ ਵੀਡੀਓ ਪਾਉਂਦੇ ਹਾਂ ਨਾ, ਅਤੇ ਟਰੈਕਟਰ ਵੀ ਉਹਨੂੰ ਘੱਟ ਗਏ ਬਹੁਤ ਜ਼ਿਆਦਾ ਮੰਡੀ 'ਚ। ਆਹ ਰੋਡ ਜਾਮ ਹੈ, ਠੀਕ ਹੈ ਜੀ, ਜਦੋਂ ਤੱਕ ਦੇਖਿਆ ਜਾ ਰਿਹਾ ਕਿ ਜਾਮ ਲੱਗ ਰਿਹਾ, ਅੱਗੇ ਬੰਦ ਕੀਤੀ ਹੋਈ ਹੈ ਰੋਡ, ਅਤੇ ਇੱਧਰੋਂ ਅੱਗੇ ਨਹੀਂ ਜਾਣ ਦਿੰਦੇ ਇਸ ਸਾਈਡੋਂ, ਅਤੇ ਸਾਰਾ ਏਰੀਆ ਬੰਦ ਹੈ ਇੱਥੋਂ। ਔਰ ਤੁਸੀਂ ਤਾਂ ਬੰਨ ਲੱਗਾ ਹੋਇਆ, ਅਗਲੀ ਸਾਈਡ ਪੁੱਲ ਆ ਜਾਂਦਾ, ਅਗਲੀ ਸਾਈਡ ਪੁੱਲ ਆ ਜਾਂਦਾ, ਤਾਂ ਜਾਮ ਲੱਗਾ ਹੋਇਆ। ਮਿਲਦੇ ਹਾਂ ਹੋਰ ਕਿਸੇ ਵੀਡੀਓ 'ਚ, ਧੰਨਵਾਦ। ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਆ ਜੀ। ਕਿੰਨੇ ਦਿਨਾਂ ਦਾ ਇੱਥੇ ਪਾਣੀ ਖੜਾ ਹੋਇਆ ਜੀ? ਬਣ ਗਈ ਵੀਡੀਓ? ਵੀਡੀਓ ਤਾਂ ਬਣੀ ਜਾਂਦੀ ਹੈ ਜੀ। ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ, ਅਤੇ ਆਪਾਂ ਚੱਲਦੇ ਹਾਂ। ਅਤੇ ਆਹ ਸਾਰਾ ਬੰਨ ਮਾਰਿਆ, ਸੜਕ ਪੱਟ ਕੇ ਮੰਨ ਕੇ ਚਲੋ ਹੈ ਨਾ, ਸੜਕ ਪੱਟ ਕੇ ਅਤੇ ਬੰਨ ਮਾਰਿਆ ਹੋਇਆ, ਅਤੇ ਚਲੋ ਜੋ ਵੀ ਹੋਇਆ ਰੱਬ ਨੇ ਸਾਰਿਆਂ ਨੂੰ ਬਰਾਬਰ ਹੀ ਰੱਖਿਆ, ਪਰ ਇਹ ਨਹੀਂ ਗਾ ਵੀ ਕਿਸੇ ਨੂੰ ਛੱਡਿਆ, ਸਾਰੇ ਏਰੀਏ 'ਚ ਹੜ ਆਇਆ।